ਚਲੋ ਜੀ ਸ਼ਾਨ ਕਬੱਡੀ ਗਲਾਮੀ ਟੀਮ ਤਰਫੋਂ ਜੀ ਪਹਿਲੇ ਵਾਰੇ ਦੀ ਮਿਹਰਬਾਨੀ ਕਿਆ ਬਾਤ ਹੈ ਜੀ ਮਿਰਜ਼ਾ ਹਸਨ ਮਾਸ਼ਾਅੱਲਾ ਜੀ ਸ਼ਾਗਿਰਦੇ ਖਾਸ ਲਈਆਂ ਮੁਦੱਸਰ ਹਸਨ ਬਹੁਤ ਵਾਲਾ ਜੀ ਦੋਵੇਂ ਅੰਗੂਠੇ ਇੱਥੇ ਲਿਆਓ ਇਹ ਵੇਖੋ ਨਾ ਇੱਧਰ ਮੇਰੇ ਲੋ ਵੇਖੋ ਇਹ ਚੀਜ਼ ਕਰ ਲਿਆ ਕਰੋ ਮੋਬਾਈਲ ਹੱਲਣ ਵੀ ਨਹੀਂ ਲੱਗਾ ਐਂ ਕਰੋ ਇਹ ਦੋਵੇਂ ਅੱਜ ਕਿੱਥੇ ਜੀ ਕਬੱਡੀ ਕਲੱਬ ਦੀ ਟੀਮ ਅੰਦਰ ਪਹੁੰਚੀ
ਦੂਸਰੇ ਸਾਈਡ ਤੇ ਹੱਥ ਰੈਡ ਮਿੱਠੇ ਖੂਹਾਲਾ ਜੀ ਛੋਟੀਆਂ ਖਿਡਾਰੀਆਂ ਦੀ ਮਾਸਾ ਜੀ ਕਬੱਡੀ ਦਾ ਬਹੁਤ ਹੀ ਸ਼ੌਕਦਾਰ ਰੈਡਰ ਇਸ ਸਮੇਂ ਹਰੇ ਹਰੇ ਕਦਮਾਂ ਦੇ ਨਾਲ ਵਾਦੀ ਵਾਗਿਆ ਬਾਬੇ ਜੀ ਲਾ ਜੀ ਜੱਫੇ ਤੇ ਮੌਜੂਦ ਹੈ ਅਲੀ ਬਾਗਾ ਮਾਸਾ ਜੀ ਕਿਆ ਵਾਦੀ ਦੀ ਵਾਗਾ ਸਾਹਿਬ ਦੇ ਨਾਲ ਮਾਸਾ ਜੀ ਬਹੁਤ ਹੀ ਸ਼ੌਕਦਾਰ ਜੱਫਾ ਜੀ ਦਾ ਬਾਗੀ ਮਾਸਾ ਜ਼ੋਰ ਦਾ ਸਾਹਿਬ ਬੜੀ ਮਿਹਰਬਾਨੀ ਬਾਗਾ ਸਾਹਿਬ ਆਓ ਸਟੇਜ ਦੇ ਸਾਈਡ ਤੇ ਜੀ ਡਾਕਟਰ ਸਲੀਮ ਸਿੰਘ ਡੇਰਾ ਬੰਦਲ ਦਾ ਸਾਡੇ ਸਟੇਜ ਤੇ ਮੌਜੂਦ ਡਬਲ ਟੱਚ ਦਾ ਸਾਨ ਪੁਆਇੰਟ ਆਇਆ ਅਰਬਾਜ਼ ਭੱਟੀ ਜ਼ਿੰਦਾਬਾਦ
ਬਾਦਸ਼ਾਹ ਜੀ ਬਲਕਿ ਪਾਕਿਸਤਾਨ ਦੇ ਮਸ਼ਹੂਰ ਮਾਰੂਫ ਪਛਤਾਤ ਹੁਸੈਨ ਭੱਟੀ ਸਾਹਿਬ ਦੇ ਉਹਨੇ ਜਿਹਨਾਂ ਬਰਬਾਦ ਭੱਟੀ ਦੂਸਰੀ ਸਾਹਿਬ ਦਾ ਜੀ ਹਸਨੈਨ ਮਿੱਠੇ ਖੂਹ ਵਾਲਾ ਜੀ ਹਸਨੈਨ ਸਾਈ ਵਾਹ ਜੀ ਵਾਹ ਖਿਡਾਰੀ ਦਾ ਬਹੁਤ ਹੀ ਬਾਦਸ਼ਾਹ ਜੀ ਸੋਹਣਾ ਸਟੈਮਨਾ ਜੀ ਬੱਲੇ ਬੱਲੇ ਕਿਆ ਬਾਤ ਹੈ ਜੀ ਸ਼ਾਹੀਨ ਕਬੱਡੀ ਕਲੱਬ ਕਿਆ ਬਾਤ ਜੀ ਸ਼ਾਹੀਨ ਕਬੱਡੀ ਕਲੱਬ ਜ਼ਰੂਰ ਦੀ ਟੀਮ ਤਰਫੋਂ ਜੀ ਮਾਸ਼ਾਅੱਲਾ ਜੀ ਸਕਲੈਨ ਖੋੜੇ ਦੀ ਪਈ ਹੋਈ ਰੇਡ ਇਸ ਵਕਤ ਜਨਾਬ ਦੇ ਸਾਹਮਣੇ ਬੰਦੇ ਬੰਦੇ ਸਕਲੈਨ ਖੋੜਾ ਟੱਚ ਹੋ ਗਿਆ ਜੀ ਵਾਹ ਜੀ ਵਾਹ ਟੱਚ ਹੋਇਆ ਮਾਸ਼ਾਅੱਲਾ ਜੀ ਅਸਲ ਇਨਸ਼ਾਅੱਲਾ ਜੀ ਤਸ਼ਰੀਫ ਪਿਆਰਾ ਜਨਾਬ ਅਲੀ ਨਬੀ ਔਲਾਦੀ ਅਲੀ ਪੀਰ ਸੈਯਦ ਇਮਰਾਨ ਸ਼ਾਹ ਬੁਖਾਰੀ ਸਾਹਿਬ
ਉਸਤਾਦ ਆਸ਼ਕ ਹੁਸੈਨ ਸਾਹਿਬ ਹਸੀਬ ਹੋਣਾ ਕੀ ਆਵਾਜ਼ ਹੈ ਦੂਸਰੇ ਸਾਈਡ ਤੇ ਮਿਰਜ਼ਾ ਅਲੀ ਮਿਰਜ਼ਾ ਅਲੀ ਸ਼ਾਹੀਦ ਕਬੱਡੀ ਕਲੱਬ ਸ਼ਰੋਣ ਦੀ ਟੀਮ ਤਰਫਾਂ ਜੀ ਕੰਦੀ ਤੇ ਮੌਜੂਦ ਇਰਫਾਨ ਗੋਂਦਰ ਨਾਲ ਮੌਜੂਦ ਰਾਜਾ ਵਾਹ ਜੀ ਵਾਹ ਇਰਫਾਨ ਫਾਨੀ ਗੋਂਦਰ ਦੇ ਨਾਲ ਮੁਕਾਬਲਾ ਹੈ ਜੀ ਮਿਰਜ਼ਾ ਅਲੀ ਹਲਕਾ ਜਿਹਾ ਫੁੱਲ ਵਾਂਗੂ ਟੱਚ ਕਰਦਾ ਹੋਇਆ ਬੜੀ ਪਰੇਸ਼ਾਨ ਮਹਿਸੂਸ ਹੋ ਰਹੀ ਹੈ ਕੋਈ ਗੱਲ ਨਹੀਂ ਭਾਈ ਜਾਨ ਅਗਲੇ ਦਿਨ ਭਾਈ ਵਾਲੀਬਾਲ ਤੇ ਆਓ ਦੂਸਰੀ ਸਾਈਡ ਤੇ ਦੇਖੋ ਜੀ ਵਾਹ ਜੀ ਵਾਹ ਕੀ ਬਾਤ ਹੈ ਹਸਨੈਨ ਸਾਈ ਮਿੱਠੇ ਖੂਹ ਦੀ ਸਰਜ਼ਮੀਨ ਦਾ ਨੌਜਵਾਨ ਖਿਡਾਰੀ ਦੂਸਰੀ ਸਾਈਡ ਤੇ ਹਸੀਬ ਘੋੜਾ ਚੌਧਰੀ ਨਾਸਰ ਇਕਬਾਲ ਗੁੱਜਰ ਫਖਰੇ ਕਹਿਲੋ ਹਾਲ ਡੇਰਾ ਗੁਜਰਾ ਵਾਸੂ ਜਨਾਬ ਦਾ ਲਾਡਲਾ ਸ਼ਗਿਰਦ ਵਾਹ ਜੀ ਵਾਹ ਮਿਰਜ਼ੇ ਹਸਨ ਦੇ ਨਾਲ ਮੁਕਾਬਲਾ ਹੋਇਆ ਜੀ ਕੀ ਬਾਤ ਹੈ ਭਾਰੇ ਸ਼ਰੀਰ ਦਾ ਮਾਲਕ ਵਾਸੂ ਦੀ ਟੀਮ ਦੀ ਨੁਮਾਇੰਦਗੀ ਕਰਦਾ ਜੀ ਮਾਸ਼ਾਅੱਲਾ ਜੀ ਹਸੀਬ ਘੋੜਾ ਦੇ ਬਹੁਤ ਹੀ ਸ਼ਾਨਦਾਰ ਪੁਆਇੰਟ ਲਓ ਜੀ ਕੀ ਜਾਂ ਸਮਾਂ ਆਦੇ ਕਬੱਡੀ ਕਲੱਬ ਦੀ ਟੀਮ ਤਰਫੋਂ ਜੀ ਇਸ ਸਮੇਂ ਮਾਸ਼ਾਅੱਲਾ ਜੀ ਸ਼ਹੀਦ ਕਬੱਡੀ ਕਲੱਬ ਸ਼ਰੋਣ ਦੀ ਟੀਮ ਦੀ ਨੁਮਾਇੰਦਗੀ ਵਾਹ ਜੀ ਵਾਹ ਦੇਖੋ ਜੀ ਟੱਚ ਕਰਦਾ ਜੀ ਇਰਫਾਨ ਫਾਨੀ ਗੋਦਲ ਇਰਫਾਨ ਫਾਨੀ ਗੋਦਲ ਦੇ ਨਾਲ ਮੁਕਾਬਲਾ ਹੋਇਆ ਜੀ ਬਹੁਤ ਹੀ ਸ਼ਾਨਦਾਰ ਪੁਆਇੰਟ ਦੀ ਜਾਂ ਸਮਾਂ ਸ਼ਹੀਦ ਕਬੱਡੀ ਕਲੱਬ ਸ਼ਰੋਣ ਦੂਸਰੀ ਸਾਈਡ ਤੇ ਮਾਰ ਫਰਹਾਨ ਹੌਲੇ ਹੌਲੇ ਕਦਮਾਂ ਦੇ ਨਾਲ ਮਾਸ਼ਾਅੱਲਾ ਜੀ ਪਾਈ ਹੋਈ ਰੇਡ ਫਾਸੂ ਕਬੱਡੀ ਕਲੱਬ ਦੀ ਟੀਮ ਤਰਫੋਂ ਜੀ ਮਾਰ ਫਰਹਾਨ ਦਾ ਮੁਕਾਬਲਾ ਬੱਲੇ ਅਮੱਲੇ ਰੇਡਲ ਦੇ ਨਾਲ ਕਿਆ ਬਾਤ ਹੈ ਜੀ ਫਰਹਾਮਾਰ ਫਰਹਾਮ ਬਹੁਤ ਹੀ ਸ਼ਾਨਦਾਰ ਪੁਆਇੰਟ ਸ਼ਾਹਜ਼ਾਬਾਦ ਜੀ ਚੀਤਾ ਦੂਸਰੀ ਸਾਈਡ ਤੇ ਸ਼ਹੀਦ ਕਬੱਡੀ ਕਲੱਬ ਚਰੋਣ ਦੀ ਟੀਮ ਦੇ ਤਰਫੋਂ ਜੀ ਸ਼ਾਹਜ਼ਾਬਾਦ ਜੀ ਚੀਤਾ ਔਰ ਮੁਕਾਬਲਾ ਹੈ ਜੀ ਹਬੀਬੁੱਲਾ ਦੇ ਨਾਲ ਮੁਕਾਬਲਾ ਹੈ ਜੀ ਬਾਸੂ ਕਬੱਡੀ ਕਲੱਬ ਦੀ ਟੀਮ ਤਰਫੋਂ ਜੀ ਹਬੀਬੁੱਲਾ ਬੱਲੇ ਬੱਲੇ ਸ਼ਾਹਜ਼ਾਬਾਦ ਜੀ ਦਾ ਕਿਆ ਬਾਤ ਹੈ ਜੀ ਮਾਸ਼ਾਅੱਲਾ ਜੀ ਬਹੁਤ ਹੀ ਸ਼ਾਨਦਾਰ ਪੁਆਇੰਟ ਸ਼ਾਹਜ਼ਾਬਾਦ ਜੀ ਚੀਤਾ ਹਸੀਬ ਘੋੜਾ ਲਗਾਤਾਰ ਰੇਡਾ ਚੌਧਰੀ ਨਾਸਰ ਇਕਬਾਲ ਗੁੱਜਰ ਫਖਰੇ ਮਾਸ਼ਾਅੱਲਾ ਜੀ ਡੇਰਾ ਗੁਜਰਾ ਲਓ ਜੀ ਬਾਸੂ ਕਬੱਡੀ ਕਲੱਬ ਦੀ ਟੀਮ ਤਰਫੋਂ ਜੀ ਉਰਲੀ ਗੱਲੇ ਦੇ ਚੈੱਕ ਕਰੋ ਜੀ ਮਾਸ਼ਾਅੱਲਾ ਜੀ ਮਿਰਜ਼ਾ ਹਸਨ ਦੇ ਨਾਲ ਮੁਕਾਬਲਾ ਹੈ ਜੀ ਮੀਆਂ ਮੁਦੱਸਰ ਹਸਨ ਬਹੁਤ ਵਾ ਜਨਾਬ ਦਾ ਲਾਡਲਾ ਸ਼ਕੀਰ ਕਿਆ ਬਾਤ ਹੈ ਜ਼ੋਰਦਾਰ ਗਾਲੀਆਂ ਜੀ ਮਾਸ਼ਾਅੱਲਾ ਜੀ ਹਸੀਬ ਘੋੜੇ ਦੀ ਜ਼ੋਰਦਾਰ ਗਾਲੀਆਂ ਮਾਰੇ ਸ਼ਰੀਰ ਦਾ ਮਾਲਕ ਬਹੁਤ ਹੀ ਸ਼ਾਨਦਾਰ ਫਾਇਟ ਜੀ ਸ਼ੁਕਰੀਆ ਅਦਾ ਕਰਦੇ ਜਨਾਬ ਮਿਰਜ਼ਾ ਮਾਮਾ ਅਕਰਮ ਸਾਬਰੀ ਸਾਹਿਬ ਸਾਡੇ ਸਟੇਜ ਤੇ ਮੌਜੂਦ ਡਾਕਟਰ ਸਲੀਮ ਸਾਹਿਬ ਡੇਰਾ ਮੱਖਣ ਕਾ ਰਾਣਾ ਸ਼ਾਨੀ ਸਾਹਿਬ ਦੀ ਮਿਹਰਬਾਨੀ ਹਸਨੈਨ ਸਾਈ ਸ਼ਾਹੀਨ ਕਬੱਡੀ ਕਲੱਬ ਸ਼ਰੋਣ ਕੰਨੇ ਤੇ ਚੈੱਕ ਕਰੋ ਜੀ ਅਰਬਾਜ਼ ਵੱਡੀ ਲਗਾਤਾਰ ਰਹਿੰਦਾ ਓਏ ਹੋਏ ਮਲਕ ਦੀ ਸ਼ਾਨ ਦੇ ਨਾਲ ਕਿਆ ਬਾਤ ਹੈ ਜੀ ਬੜੀ ਮਿਹਰਬਾਨੀ ਜਨਾਬ ਡਾਕਟਰ ਸਰੀਫ ਸਾਹਿਬ ਚਿੱਟੇ ਕੱਪੜੇ ਨਹੀਂ ਜਿਹੜੇ ਰਾਠ ਹੋਣ ਗੱਲਾਂ ਨਾਲ ਸਿਆਬਦੇ ਰਹਿੰਦੇ ਪੱਗ ਲੱਗਦੇ ਨੌਖੀਆਂ ਬਣੀਆਂ ਤੇ ਲਾਜਵਾਲ ਸਿਆਬਦੇ ਰਹਿੰਦੇ ਜਿਵੇਂ ਗੋਦ ਦਰਦ ਬਿਮਾਰੀਆਂ ਨੂੰ ਖਰੀਬਾਲ ਸਿਆਬਦੇ ਰਹਿੰਦੇ ਦੂਸਰੀ ਸਾਈਡ ਤੇ ਵਾਸੂ ਕਬੱਡੀ ਕਲੱਬ ਦੀ ਟੀਮ ਤਰਫੋਂ ਜੀ ਹਸੀਬ ਘੋੜੇ ਦਾ ਮੁਕਾਬਲਾ ਜੀ ਮਿਰਜ਼ਾ ਹਸਨ ਦੇ ਨਾਲ ਮੁਕਾਬਲਾ ਕਿਆ ਬਾਤ ਹੈ ਬੜਾ ਸ਼ਾਨਦਾਰ ਪੁਆਇੰਟ ਲਓ ਜੀ ਜਨਾਬ ਦੇ ਸਾਹਮਣੇ ਹੌਲੇ ਹੌਲੇ ਕਦਮਾਂ ਦੇ ਨਾਲ ਜੀ ਸਕਲੈਨ ਘੋੜੇ ਦੀ ਪਈ ਹੋਈ ਰੇਡ ਦੇਖੋ ਜੀ ਸਮਾਂ ਹੀ ਬਤਾਊਗਾ ਕਿਹੜੇ ਖਿਡਾਰੀ ਨੂੰ ਟੱਚ ਕਰਦਾ ਜੀ ਸ਼ਾਹੀਨ ਕਬੱਡੀ ਕਲੱਬ ਸ਼ਰੋਣ ਦੀ ਟੀਮ ਦੀ ਨੁਮਾਇੰਦਗੀ ਵਾਹ ਜੀ ਵਾਹ ਮੁਕਾਬਲਾ ਹਬੀਬੁੱਲਾ ਖਾਨ ਦੇ ਨਾਲ ਹੈ ਜੀ ਖਾਨ ਸੈਫੁੱਲਾ ਖਾਨ ਦਾ ਬਰਾਦਰੀ ਕੀਤੀ ਸ਼ਰੋਣ ਮਾਸ਼ਾਅੱਲਾ ਜੀ ਬਾਸੂ ਕਬੱਡੀ ਕਲੱਬ ਦੀ ਟੀਮ ਤਰਫੋਂ ਜੀ ਪਹਿਲੇ ਹਾਫ ਦੇ ਇਖਤਤਾਮ
ਸਾਡੀ ਮਹਿਮਾਨ ਟੀਮ ਮਾਸੂ ਕਬੱਡੀ ਕਲੱਬ ਦੇ 16 ਪੁਆਇੰਟ, ਜਦਕਿ ਸ਼ਹੀਦ ਕਬੱਡੀ ਕਲੱਬ ਚਰੋੜ ਦੇ 19 ਪੁਆਇੰਟ ਦੀ ਸ਼ਹੀਦ ਕਬੱਡੀ ਕਲੱਬ ਚਰੋੜ ਵਾਸਤੇ ਜ਼ੋਰਦਾਰ ਤਾਲੀਆਂ। ਬੜੀ ਮਿਹਰਬਾਨੀ ਸਾਡੇ ਪ੍ਰੈਸ ਫੋਟੋਗ੍ਰਾਫਰ ਮਸ਼ਹੂਰ ਮਾਰੂ ਮਾਸ਼ਾਅੱਲਾ ਜੀ ਸਹਾਫੀ, ਕਿਆ ਬਾਤ ਹੈ ਜੀ, ਹਾਲ ਵਿੱਚ ਮੌਜੂਦ ਭਾਈ ਨਵੀਨ ਅਫਸਰ ਚਰੋਟੀਆ ਸਾਹਿਬ ਇਸ ਵਕਤ ਸਾਡੇ ਸਟੇਜ ਦੀ ਫਰੰਟ ਸਾਈਡ ਤੇ ਮੌਜੂਦ ਇਸ ਮੈਚ ਨੂੰ ਲਾਈਵ ਟੈਲੀਕਾਸਟ ਕਰਦੇ ਆ ਜੀ। ਕਬੱਡੀ ਜਾਨ ਪੰਜਾਬੀਆਂ ਦੀ ਚੌਧਰੀ ਅਮਰ ਸ਼ਰਾ ਅਲਾਕ ਸਾਹਿਬ ਪੂਰੀ ਟੀਮ ਦੇ ਨਾਲ ਮੌਜੂਦ ਇੰਦਾਈ ਮਸ਼ਹੂਰ ਮਗਨੋ ਕਬੱਡੀ ਸ਼ਾਨ ਪੰਜਾਬੀਆਂ ਦੀ ਚੌਧਰੀ ਅਫਸਰ ਸਾਹਿਬ ਫੋਟੋ ਸਾਹਿਬ ਬੜੀ ਮਿਹਰਬਾਨੀ, ਕਿਆ ਬਾਤ ਹੈ ਜਨਾਬ ਡਾਕਟਰ ਸਲੀਮ ਸਾਹਿਬ ਤੇਰਾ ਮੱਥਾ ਕਮ ਹੈ ਅਨੰਦਸਰ ਦੇ ਲਈ ਪਹੁੰਚੇ 1000 ਦਾ ਇਨਾਮ ਡਾਕਟਰ ਸਲੀਮ ਸਾਹਿਬ ਅੱਲਾ ਪਾਕ ਜਨਾਬ ਦੀ ਜ਼ਿੰਦਗੀ ਨਵਾਜ਼ ਕਰੇ ਜੀ। ਲਓ ਜੀ ਪਹਿਲੇ ਹਾਫ ਦੇ ਇਖਤਤਾਮ ਤੇ 16 ਪੁਆਇੰਟ ਵਾਸੂ ਕਬੱਡੀ ਕਲੱਬ ਔਰ 19 ਪੁਆਇੰਟ ਸ਼ਾਹੀਨ ਕਬੱਡੀ ਕਲੱਬ ਚਰੋਣ ਦੇ। ਬੜਾ ਅੱਛਾ ਮੁਕਾਬਲਾ ਹੋਵੇ ਜੀ, ਦੋਵੇਂ ਲੇਵਲ ਦੀਆਂ ਟੀਮਾਂ, ਕਿਆ ਬਾਤ ਹੈ। ਕਬੱਡੀ ਦੇ ਸ਼ੌਕੀ ਨਗਰਾਂ ਦੀ ਇਸੇ ਮਹੀਨੇ ਦੀ 28 ਤਰੀਕ ਬਾਬ ਕੰਮ ਚਾੜਾ ਵਾਲਾ ਇਨਸ਼ਾਅੱਲਾ ਜੀ ਸੁਪਰ 4 ਵਨਡੇ ਕਬੱਡੀ ਟੂਰਨਾਮੈਂਟ ਬਹੁਤ ਹੀ ਸ਼ਾਨਦਾਰ ਪ੍ਰੋਗਰਾਮ ਦੀ ਸ਼ੁਕਰੀਆ ਅਦਾ ਕਰਦੇ ਜਨਾਬ ਡਾਕਟਰ ਸਲੀਮ ਸਾਹਿਬ ਡੇਰਾ ਮੱਖਣ ਕਮ ਹੈ ਅਨੰਦਸਰ ਦੇ ਲਈ 1000 ਦਾ ਇਨਾਮ ਜਨਾਬ ਦੀ ਹੌਸਲਾ ਅਫਜ਼ਾਈ ਦੇ ਇੰਦਾਈ ਮਸ਼ਹੂਰ ਮਗਨੋ ਜੀ। ਹੁਣ ਥੋੜ੍ਹਾ ਜਿਹਾ ਵਕਫਾ ਹੈ ਭਾਈ ਜਾਨ ਉਸਤਾਦੀ ਪਾਕ ਦੇ ਰਹੇ ਜਨਾਬ ਉਸਤਾਦ ਮਿਰਜ਼ਾ ਹਸਨ ਸਾਹਿਬ ਸ਼ਾਗਿਰਦ ਖਾਸ ਮੀਆਂ ਮੁਦੱਸਰ ਹਸਨ ਉਹਨਾਂ ਦੇ ਸ਼ਾਗਿਰਦ ਹੋ ਰਹੇ ਜੀ। ਉਸਤਾਦ ਮਿਰਜ਼ਾ ਹਸਨ ਸਾਹਿਬ ਦੇ ਸ਼ਾਗਿਰਦ ਹੋ ਰਹੇ ਜਨਾਬ ਸ਼ਾਜ਼ੇਬ ਰਾਹ ਡੋਕ ਦਾਊਦ, ਕਲੀ ਅਮਰਾ ਰਾਹ ਡੋਕ ਦਾਊਦ, ਕਾਸਮ ਰਾਹ ਡੋਕ ਦਾਊਦ, ਜ਼ੁਹੇਬ ਹਸਨ ਡੋਕ ਦਾਊਦ, ਆਰਯਾਨ ਖਾਨ, ਫਰਹਾਨ ਅਲੀ, ਆਫਤਾਬ ਅਲੀ ਰਾਮ, ਤੈਮੂਰ ਹਸਨ ਰਾਹ, ਹਰੂਨ ਰਾਹ, ਇਹ ਸ਼ਾਗਿਰਦ ਹੋ ਰਹੇ ਜੀ। ਮਾਸ਼ਾਅੱਲਾ ਜੀ ਮਿਰਜ਼ਾ ਹਸਨ ਸਾਹਿਬ ਚਰੋਂਡਾ ਦੇ ਮਿਰਜ਼ਾ ਹਸਨ ਸਾਹਿਬ ਸ਼ਾਗਿਰਦ ਹੈ ਜੀ। ਮੀਆਂ ਮੁਦੱਸਰ ਹਸਨ ਫਖਰੇ ਬਹੁਤ ਇਹ ਉਸਤਾਦੀ ਪਾਕ ਔਰ ਇਸ ਵਕਤ ਜਨਾਬ ਦੇ ਸਾਹਮਣੇ ਮਾਸ਼ਾਅੱਲਾ ਜੀ ਉਸਤਾਦੀ ਪਾਕ ਸ਼ਾਗਿਰਦ ਉਹਨਾਂ ਦੇ ਮੌਜੂਦ ਹੈ। ਉਹ ਆਪਣੇ ਉਸਤਾਦ ਮੋਹਤਰਮ ਨੂੰ ਉਸਤਾਦੀ ਪਾਕ ਪਹਿਨਾ ਰਹੇ ਔਰ ਉਹਨਾਂ ਦੀ ਸ਼ਾਗਿਰਦੀ ਇਖਤਿਆਰ ਕਰ ਰਹੇ ਮਿਰਜ਼ਾ ਹਸਨ ਸਾਹਿਬ ਜੀ ਲਾਜਵਾਬ ਆਵਾਜ਼ ਦੇ ਜਨਾਬ ਦੇ ਸਾਹਮਣੇ। ਮਾਸ਼ਾਅੱਲਾ ਜੀ ਸਭ ਤੋਂ ਪਹਿਲਾਂ ਉਸਤਾਦ ਮੋਹਤਰਮ ਤਸ਼ਰੀਫ ਲਿਆਓ ਸਰ। ਉਸਤਾਦ ਮੋਹਤਰਮ ਮਿਰਜ਼ਾ ਹਸਨ ਸਾਹਿਬ ਵਾਸਤੇ ਇੱਕ ਵਾਰੀ ਜ਼ੋਰਦਾਰ ਤਾਲੀਆਂ ਜੀ। ਉਸਤਾਦੀ ਸ਼ਾਗਿਰਦੀ ਦੀ ਤਕਰੀਬ ਜਨਾਬ ਦੇ ਸਾਹਮਣੇ, ਉਸਤਾਦੀ ਸ਼ਾਗਿਰਦੀ ਦੀ ਇਹ ਤਕਰੀਬ ਉਸਤਾਦੀ ਪਾਕ ਪਹਿਨਾ ਰਹੇ ਜਨਾਬ ਦੇ ਸ਼ਾਗਿਰਦ ਔਰ ਉਸਤਾਦ ਮੋਹਤਰਮ ਉਸਤਾਦ ਮਿਰਜ਼ਾ ਹਸਨ ਸਾਹਿਬ। ਉਸਤਾਦ ਮਿਰਜ਼ਾ ਹਸਨ ਸਾਹਿਬ ਸਟੇਜ ਦੇ ਸਾਈਡ ਤੇ ਹੋ ਜੀ, ਤਮਾਮ ਕੈਮਰਾਮੈਨ ਲਾਈਵ ਕਵਰੇਜ ਵਾਸਤੇ ਸਟੇਜ ਦੀ ਫਰੰਟ ਸਾਈਡ ਤੇ ਪਹੁੰਚੋ ਸਰ। ਸ਼ਾਗਿਰਦ ਮਾਸ਼ਾਅੱਲਾ ਜੀ ਮੌਜੂਦ ਉਸਤਾਦੀ ਪਾਕ ਦਾ ਨਾਂ ਰਹਿੰਦੀ ਪਾਕਿਸਤਾਨ ਕੀ ਮਾਨੀ ਔਰ ਪਰਵਾਨੀ ਮਾਸ਼ਾਅੱਲਾ ਜੀ ਸ਼ਖਸੀਅਤ ਸਾਈਕੀ ਔਰ ਪਿਆਰ ਕੀ ਦੁਨੀਆ ਮੇਂ ਗਰੀਬ ਨਾਮ ਖਾਨਦਾਨੀ ਬਵਰਚੀ ਰਾਜਾ ਸ਼ਬੀਰ ਸਾਹਿਬ ਮਾਸ਼ਾਅੱਲਾ ਜੀ ਫਖਰ ਜਰੋਂ ਮਿਸਟਰ ਮਲੀ ਬਾਵਤੀ ਕਿਆ ਬਾਤ ਹੈ ਜੀ ਮੀਆਂ ਅਨੰਦਸਰ ਦੇ ਦਿਲ ਸਹੀ ਹੌਸਲਾ ਅਫਜ਼ਾਈ ਦੇ ਨਾਲ ਮਸ਼ਕਰ ਮਗਰੋਂ ਰਾਜਾ ਸ਼ਬੀਰ ਸਾਹਿਬ
साहब को कुछ है लेनी कोई नहीं तो ढोलियां पहले सुन लो क्योंकि राजा साहब हरम सफर चल रहे आज कल निर्वेद्य खुदा की कसम इस इलाके अगर कोई जायकेदार खाना बना रहा ना जी बड़े बड़े मैनेजर बड़े बड़े टैंटा वाले इन्होंने भाई जान पेरी गोडी हो गई हत्थी ला के गलत कर हत्थी गोडी होके भाई जन राजा शबीर साहब को टाइम लेंगे कसम हमारे साधड़ी जी शख्सियत वेखो बैठे राजा साहब पूरा पाकिस्तान जानता है हर मैन अच्छे मैनेजर हर अच्छे टैंट इन्हों का खाना इन्हों की हाथ का खाना बने होंगे अगर तबीयत खुश है साढ़े वीर वास्ते देखो ना साडे सजाई की मीनत बने राजा शबीर बंदे कोशिश पीतल बना नहीं सकते जिस थान से गल हो हक सच भी सिर कूड़े जा नहीं सकते मेरा नाम है खटिया सोचा ने लाजपाल सुना नहीं सकते बंदे छेड़ भी हो चौधरी नासर इकबाल पिजर फखर तेरा पिजरा बस की धरती का नौजवान शरीफ जनाब पीर सैयद इमरान शाह बुखारी साहब वाह जी वाह हर बात बड़ी का मुकाबला होगी जी शाह चीफ वाह जी वाह इरफान अली जनाब मुकाबला जी वाह जी वाह क्या बात है जनाब का बादशाह जी बरादरी हकीकी मिर्जा वसीम का बरादरी हकीकी लो जी जनाब के सामने शहीन कबड्डी क्लब श्रोमणी टीम तरफों जी बल्ले बल्ले वीरा क्या बात है जी वाह जी वाह जफे के मजू चैक करो जी जफे दो
مار فرحان واسو کبڈی کلب کیا بات ہے مار فرحان رضا باد چرون دی نمائندگی حسن انسائی بکھے کوالا اس سمے جناب دے سامنے ہلکے ہلکے قدمہ دے نال پائی ہو گئے نے واہ جی واہ دیکھو جی سمے بتاؤ گا کون جیتے گا کون ہارے گا مار کھیڈ کبڈی جیڑی روڑا تے اس تے کروڑا تے پہنچ چکی ہے لو جی مقابلہ ہو گیا جی مقابلہ ہو گیا جی حبیب اللہ دے نال مقابلہ جی بلے حسن انسائی لو جی مہمان آ رہے جی بھائی سہیل افضل کیمرہ مین مہربانی نوید افضل چوڑیا دے نورے چشم آؤ جی آج یا بسم اللہ کری جناب آلے نبی اولاد علی پنجاب پاکستان کی جانی پہچانی شخصیت ساڈے مہمان خصوصی آلے نبی اولاد علی پیر سید عمران شاہ بخاری صاحب کیا بات ہے جان دے شکرت بجن بنائی کی دنیا میں عظیم نام فخر پنجاب فخر پاکستان استاد محترم استاد عاشق حسین سیالکوٹ جناب دے لاڈلے شکرت واہ جی واہ اجازت منا دی اعلی کیا بات ہے شاہین کبڈی کلب گراؤنڈ دی ٹیم طرفوں جی اپنی ٹیم دے لکھاں دا پوائنٹ بلے 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 ساڈے مہمان موسم ساڈے بہت ہی پیارے وی پنجاب پاکستان کی جانی پہچانی شخصیت پیجن فلائنگ کی دنیا میں قدیم نام آلے نبی اولاد علی پیر سید عمران شاہ بخاری صاحب واجبا لاڈلے شکرر انتہائی مشکرک بنون استاد عاشق حسین سیالکوٹ فخر پنجاب فخر پاکستان جناب دی خصوصی آمد انتہائی شکر گزار جی بس جیڑ طرف جی کیا بات ہے حبیب اللہ خان اپنی ٹیم دی بہت ہی شاندار بیٹ جوڑ رہا ہے جی بلے بلے واسو کبڈی کلب دی نمائندگی خان حبیب اللہ خان ماشاءاللہ جی ساڈے بہت ہی پیارے ویر انتہائی مشکر منور آلے نبی اولاد علی پیر سید عمران شاہ بخاری صاحب لاڈلے شگرد فخر پنجاب فخر پاکستان استاد عاشق حسین خان کو کیا بات ہے جناب دی خصوصی ہمارے بھائی شکر گزار ویلکم کر دیا دوسرے سائڈ تک چیک کرو جی واہ جی واہ کیا بات ہے زندہ باد اجابی زندہ باد حبیب اللہ واسو دے ٹیم طرف جی بہت ہی شاندار بیٹ جوڑ رہا ہے جی بڑی مہربانی ساڈے بہت ہی پیارے ویر انتہائی شکر گزار آ جی کھلاڑی ساڈے ریس نے تے سائڈ تے جی خان حبیب اللہ خان سے حبیب اللہ بھائی ساڈے ادھر سائڈ تے جی واسو کبڈی کلب بڑی مہربانی شکریہ ادا کردے جناب آلے نبی اولاد علی قابل ساری تک قابل احترام پیر سید عمران شاہ بخاری صاحب ماشاءاللہ جی لاڈلے شگرد فخر پنجاب فخر پاکستان استاد عاشق حسین صاحب کو وہ دس لگا نہیں تھا موجود یہ بھائی مشرف بناؤ ڈاکٹر سلیم صاحب میرا مکھن کا کیا بات ہے جی دیر ساری حوصلہ افزائی کے نال موجود جی
ਬਾਰੀ ਗੱਡ ਕਾਬਲੇ ਕਰਾਂ ਕੀ ਕਹੀ ਦੇ ਇਮਰਾਨ ਸਾਹਿਬ ਬਾਰੀ ਸਾਹਿਬ ਸਾਡੇ ਸਟੇਜ ਤੇ ਮੌਜੂਦ ਨੇ ਮਾਈਕ ਤੇ ਉਸਾਰ ਵਾਹਨ ਜੀ ਸਾਹਿਬ ਜੀ ਦਾ ਦੀ ਆਜ ਬਰਦਾਰੀ ਸਾਹਿਬ ਆਉਂ ਜੀ ਕਰਦਾ ਹਸਨ ਬਾਦਸ਼ਾਹ ਜਨਾਬ ਦੇ ਜਨਾਬ ਦੇ ਕੀ ਕੀ ਕਰਦਾ ਮੁਹੰਮਦ ਅਕਰਮ ਸਾਦਰੀ ਸਾਹਿਬ ਜਨਾਬ ਦੇ ਕੋਲ ਜੀ ਸਾਹਿਬ ਜੀ ਦੋਸਰੇ ਸਾਹਿਬ ਜੀ ਅਸੀਂ ਘੋੜੇ ਦੀ ਮੈਂ ਹੋਏ ਗਏ ਬੰਦੇ ਆ ਬੰਦੇ ਆ ਘੋੜਾ ਬੜੀ ਸਾਡੇ ਬਹੁਤ ਹੀ ਪਿਆਰੇ ਵੀਰ ਵਾਲੇ ਨਵੀਂ ਔਲਾਦ ਦੀ ਪੰਜਾਬ ਪਾਕਿਸਤਾਨ ਕੀ ਜਾਨੀ ਬੇਚਾਰੀ ਸ਼ਖਸੀਅਤ ਫਿਜਰ ਫੜਾਈ ਕੇ ਦੁਨੀਆ ਦਾ ਗਸੀਮ ਨਾਮ ਇਸਦ ਮਾਪ ਇਸ ਵਕਤ ਸਟੇਜ ਦੇ ਬਾਰ ਜਵਾਨ ਪੀਰ ਸੱਜਦ ਇਮਰਾਨ ਸਾਹਿਬ ਬੁਖਾਰੀ ਸਾਹਿਬ ਲਾਡਲੇ ਸ਼ਗਿਰਦ ਫਖਰੇ ਪੰਜਾਬ ਫਖਰੇ ਪਾਕਿਸਤਾਨ ਉਸਤਾਦ ਆਸ਼ਕ ਹੁਸੈਨ ਸਿਆਲਕੋਟ ਜਨਾਬ ਦੀ ਖਸੂਸੀ ਅਮਨ ਦੇ ਮਹਾਈ ਸ਼ੁਕਰਗੁਜ਼ਾਰ ਪੀਰ ਸੱਜਦ ਇਮਰਾਨ ਸਾਹਿਬ ਸਾਹਿਬ ਜਿਹੜੀ ਲਜ਼ਤ ਜਨਾਬ ਦੀ ਹੱਥ ਵਿੱਚ ਸ਼ਰਾਬ ਖਾਈ ਤਿੰਨ Thank you.
मैच है ना, मैं ही सारे मैच पे ना।